ਫਾਜ਼ਿਲਕਾ ਦੀ ਮੁੱਖ ਅਨਾਜ ਮੰਡੀ ਵਿੱਚ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਸਾਰੀ ਪੋਲ ਖੋਲ ਕੇ ਰੱਖ ਦਿੱਤੀ। ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਵੱਲੋਂ ਮੰਡੀ ਦੀ ਸੁੱਧ ਨਾ ਲੈ ਜਾਣ ਕਾਰਨ ਮੰਡੀ ਦੀਆਂ ਸੜਕਾਂ ਤੱਕ ਟੁੱਟ ਚੁੱਕੀਆਂ ਨੇ ਤੇ ਹਾਲਾਤ ਇਹ ਨੇ ਕਿ ਮੰਡੀ ਦੀਆਂ ਸੜਕਾਂ ਵਿੱਚ ਪਾਣੀ ਹੀ ਪਾਣੀ ਖੜਾ ਹੋ ਗਿਆ ਹੈ ਤੇ ਮੰਡੀ ਵਿੱਚ ਪ੍ਰਵੇਸ਼ ਕਰਨ ਵੇਲੇ ਵਾਹਨਾਂ ਵਿੱਚ ਵੀ ਪਾਣੀ ਵੜ ਜਾਂਦਾ ਹੈ। ਇਸ ਬਾਰੇ ਜਦੋਂ ਫਾਜ਼ਿਲਕਾ ਦੀ ਮੰਡੀ ਦੇ ਪ੍ਰਧਾਨ ਅਜੇ ਪਾਲ ਸਿੰਘ ਬਰਾੜ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜੇ ਜੁਆਇਨ ਹੀ ਕੀਤਾ ਹੈ ਤੇ ਮੰਡੀ ਵਿੱਚ ਸਫਾਈ ਕਰਵਾਈ ਹੈ ਤੇ ਉਹਨਾਂ ਕਿਹਾ ਕਿ ਅਨਾਜ ਮੰਡੀ ਦੇ ਲਈ 4 ਕਰੋੜ ਰੁਪਏ ਦੀ ਰਾਸ਼ੀ ਦੀ ਮਨਜ਼ੂਰੀ ਦੇ ਲਈ ਚੰਡੀਗੜ੍ਹ ਸਥਿਤ ਹੈੱਡ ਆਫਿਸ ਵਿੱਚ ਅਰਜ਼ੀ ਵੀ ਦੇ ਦਿੱਤੀ ਗਈ ਹੈ। ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ। ਕੀ ਸਮੱਸਿਆ ਆ ਰਹੀ ਮੰਡੀ 'ਚ ਤੇ ਕਿਹੜਾ ਨੰਬਰ ਗੇਟ 'ਤੇ ਦੁਕਾਨ ਹੈ? ਸਾਡੀ ਕੰਡਾ ਨੰਬਰ 2 ਦੇ ਗੇਟ ਦੇ ਉੱਤੇ ਸ਼ੋਪ ਹੈ ਜੀ। ਸ਼ੋਪ ਨੰਬਰ 14 ਕੋਰਨਰ ਸ਼ੋਪ ਹੈ। ਸਾਹਮਣੇ ਰੋਡ ਹੈ ਜੀ। ਰੋਡ ਬੜੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਜੀ। ਜਦੋਂ ਬਾਰਿਸ਼ ਹੁੰਦੀ, ਥੋੜ੍ਹੀ ਬਹੁਤੀ ਬਾਰਿਸ਼ ਹੁੰਦੀ ਤਾਂ ਚਿੱਕੜ ਬਣ ਜਾਂਦਾ ਹੈ, ਥੋੜ੍ਹੀ ਜ਼ਿਆਦਾ ਹੋਵੇ ਤਾਂ ਨਹਿਰ ਦਾ ਰੂਪ ਲੈ ਲੈਂਦੀ ਹੈ। ਬੜੇ ਇੱਥੇ ਹਾਦਸੇ ਹੁੰਦੇ ਨੇ, ਜਿਸ ਕਰਕੇ ਦੁਕਾਨਦਾਰਾਂ ਨੂੰ ਤਾਂ ਬੜੀ ਮੁਸ਼ਕਿਲ ਹੈਗੀ। ਜਿਹੜੇ ਰਾਹਗੀਰ ਹੈਗੇ ਨੇ ਉਹਨਾਂ ਨੂੰ ਬੜੀ ਮੁਸ਼ਕਿਲ ਆਉਂਦੀ ਹੈ। ਅਕਸਰ ਇੱਥੇ ਗੱਡੀਆਂ ਟਰੱਕ ਸਾਈਡਾਂ 'ਤੇ ਖੜ੍ਹੇ ਰਹਿੰਦੇ ਨੇ, ਜਿਸ ਕਰਕੇ ਲੰਘਣ ਵਾਲਿਆਂ ਤਾਂ ਬੜੀ ਜ਼ਿਆਦਾ ਮੁਸ਼ਕਿਲ ਹੈ ਜੀ। ਸੜਕਾਂ ਇਸ ਟਾਈਮ ਤਾਂ ਥੋੜ੍ਹੀ ਜਿਹੀ ਬੂੰਦਾਬਾਂਦੀ ਹੋਈ ਅਤੇ ਸੜਕਾਂ ਦੇ ਬੁਰੇ ਹਾਲ ਹੈ ਇੱਥੇ। ਇੱਥੇ ਮੰਡੀ 'ਤੇ ਬਹੁਤ ਪ੍ਰੋਬਲਮ ਹੈ। ਇੱਥੇ ਤਾਂ ਮੰਨ ਲਓ ਪਾਣੀ ਖੜਵਾ ਜਾਂਦਾ, ਹੁਣ ਜਿਵੇਂ ਕਿਣ ਮਿਣ ਹੈਗੀ ਹੈ, ਬਹੁਤ ਲੋਕ ਪਰੇਸ਼ਾਨ ਹੈਗੇ ਨੇ। ਕਿਸੇ ਦੇ ਵਿਚਾਰੇ ਮੋਟਰਸਾਈਕਲ ਵਿੱਚ ਡਿੱਗ ਪੈਂਦਾ ਪਾਣੀ ਦੇ, ਕਿਸੇ ਦੇ ਬੰਦ ਹੋ ਜਾਂਦੇ ਨੇ, ਇਸ ਕਰਕੇ ਬਹੁਤ ਦਿੱਕਤ ਆ ਰਹੀ ਜੀ। ਮੰਡੀ ਦੇ 3 ਗੇਟ ਮੰਨ ਲਓ ਬੇਕਾਰ ਹੈਗੇ ਨੇ, ਪਾਣੀ ਟੱਪ ਨਹੀਂ ਸਕਦੇ ਕਾਰ ਜਾਂ ਮੋਟਰਸਾਈਕਲ, ਬਹੁਤ ਪਰੇਸ਼ਾਨ ਹੈਗੇ ਨੇ ਲੋਕ ਮੰਡੀ ਤੋਂ। ਮੰਨ ਲਓ ਜੀ ਮਾੜਾ ਮੋਟਾ ਜੇ ਕਹਿਤਾ ਕਮੇਟੀ ਵਾਲੇ ਕੋਈ ਮਿੱਟੀ ਮੁੱਟੀ ਪਾ ਤੀ, ਉਹ ਮਿੱਟੀ ਹੈਗਾ ਪਿਛਾ ਉਹ ਵੀ ਟਲ ਗਈ, ਫਿਰ ਉਹੀ ਨਹਿਰ ਵਗਦੀ ਰਹਿੰਦੀ ਹੈ ਜੀ। ਜਿਹੜੀਆਂ ਦਾਣਾ ਮੰਡੀ ਫਾਜ਼ਿਲਕਾ ਦੇ ਵਿੱਚ ਜੋ ਵੀ ਇੰਟਰਨਲ ਰੋਡਸ ਨੇ, ਉਹਨਾਂ ਦੀ ਜਿਹੜੀ ਸਪੈਸ਼ਲ ਰਿਪੇਅਰ ਕਰਵਾਉਣ ਲਈ ਜਿਹੜਾ ਪ੍ਰੋਜੈਕਟ ਪੰਜਾਬ ਮੰਡੀ ਬੋਰਡ ਵੱਲੋਂ ਸਾਰੇ ਪੰਜਾਬ ਦੀਆਂ ਮੰਡੀਆਂ ਨੂੰ ਦੀ ਰਿਪੇਅਰ ਲਈ ਜਿਹੜਾ ਪਾਸ ਕੀਤਾ ਗਿਆ ਸੀ, ਉਹਦੇ ਵਿੱਚੋਂ ਇਸ ਦਾ ਜਿਹੜਾ ਹੈਗਾ ਮਾਰਕੀਟ ਕਮੇਟੀ ਫਾਜ਼ਿਲਕਾ ਵੱਲੋਂ ਮਤਾ ਪਾ ਕੇ ਜਿਹੜਾ ਪਾਸ ਕਰ ਦਿੱਤਾ ਗਿਆ। ਹੁਣ ਇਹ ਕੰਮ ਹੈ ਜਿਹੜਾ ਇਹਦਾ ਐਸਟੀਮੇਟ ਬਣਾਉਣ ਲਈ ਕਾਰਜਕਾਰੀ ਇੰਜੀਨੀਅਰ ਸਿਵਲ ਪੰਜਾਬ ਮੰਡੀ ਬੋਰਡ ਨੂੰ ਜਿਹੜਾ ਹੈਗਾ ਉਹ ਲਿਖ ਦਿੱਤਾ ਗਿਆ। ਇਸ ਸੰਬੰਧੀ ਅਗਲੀ ਕਾਰਵਾਈ ਜਲਦੀ ਹੀ ਮੁਕੰਮਲ ਕਰ ਲਈ ਜਾਵੇ। ਸਰ ਦੇਖਿਆ ਜਾਵੇ ਤਾਂ ਤੁਸੀਂ ਮਾੜਾ ਸਰਵੇ ਕਰਕੇ ਦੇਖੋ ਵੀ ਜਿਹੜਾ ਇਸ ਟਾਈਮ ਜਿਹੜੀ ਸੜਕ ਦਾ ਹਾਲ ਜੋ ਬੁਰਾ ਹੈ, ਜਿਵੇਂ ਹੁਣ ਸੀਜ਼ਨ ਆ ਰਿਹਾ ਅੱਗੇ ਬਾਸਮਤੀ ਦਾ, ਅਤੇ ਪਾਣੀ ਜਿਹੜਾ ਹੈਗਾ ਕਿ ਸ਼ੈੱਡ ਤੱਕ ਪਹੁੰਚ ਰਿਹਾ ਹੈਗਾ, ਅਤੇ ਜੇ ਹੁਣ ਬਾਰਿਸ਼ ਇੱਕ ਤੇਜ਼ ਬਾਰਿਸ਼ ਪੈ ਗਈ ਤਾਂ ਉਸਦਾ ਹਾਲ ਤਾਂ ਬਹੁਤ ਨੁਕਸਾਨ ਹੋਊਗਾ। ਕਦ ਤੱਕ ਤੁਸੀਂ ਮੰਨਦੇ ਵੀ ਹੋ ਸਕਦਾ ਕੰਮ? ਅਸੀਂ ਜਿਹੜਾ ਹੈਗਾ ਕਾਫੀ ਜਲਦੀ ਦੀ ਜਲਦੀ ਸਾਡਾ ਪ੍ਰੋਸੈਸ ਹੈ ਵੀ ਜਿੰਨਾ ਜਲਦੀ ਹੋ ਸਕੇ ਤਾਂ ਜੋ ਬਾਸਮਤੀ ਦਾ ਸੀਜ਼ਨ ਜਾਂ ਝੋਨੇ ਦਾ ਸੀਜ਼ਨ ਜਿਹੜਾ ਕਿ ਅਕਤੂਬਰ ਤੋਂ ਸ਼ੁਰੂ ਹੋਣਾ ਹੈ, ਉਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਿੰਨੇ ਵੀ ਮੰਡੀ ਦੇ ਜੋ ਵੀ ਕੰਮ ਬਕਾਇਆ ਨੇ, ਜੋ ਵੀ ਰਿਪੇਅਰ ਦੇ ਕੰਮ ਬਕਾਏ ਨੇ, ਅਸੀਂ ਸਾਰੇ ਉਹ ਕੰਮ ਮੁਕੰਮਲ ਕਰ ਸਕੀਏ ਤਾਂ ਜੋ ਜ਼ਿਮੀਦਾਰਾਂ ਨੂੰ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਨਾ ਆ ਸਕੇ।